ਇਸ ਤਰ੍ਹਾਂ ਵਾ ਕਿ ਮੈਂ ਸਾਰਿਆਂ ਦਾ ਪਹਿਲੇ ਸਵਾਗਤ ਕਰਦਾ ਪ੍ਰੈਸ ਵਾਲਿਆਂ ਦਾ। ਅੱਜ ਜਿਹੜੀ ਬਾਈਟ ਅਸੀਂ ਤੁਹਾਨੂੰ ਦੇ ਰਹੇ ਹਾਂ ਇਨਫੋਰਮੇਸ਼ਨ, ਇਹ ਮੇਨ ਕੀ ਸੀ ਕਿ ਇੱਥੇ ਨਾ ਗੁੰਡਾ ਟੈਕਸ ਇੱਕ ਬੜਾ ਇਕੱਠਿਆ ਕੀਤਾ ਜਾ ਰਿਹਾ, ਅਤੇ ਹੈਰਾਨੀ ਦੀ ਗੱਲ ਇਹ ਕਿ ਕੰਪਲੇਨ ਤੋਂ ਬਾਅਦ ਅਜੇ ਤੱਕ ਵੀ ਇਹ ਚਾਲੂ ਆ। ਜਦ ਅਸੀਂ ਇਹਦੇ 'ਚ ਇਹ ਕੀ ਹੋਇਆ ਕਿ ਸੀ ਕਿ ਇੱਕ ਆਟੋ ਵਾਲਾ ਆਪਣਾ ਆਟੋ ਲਾਉਣਾ ਚਾਹੁੰਦਾ ਸੀ ਅਤੇ ਉਹਦੇ ਕੋਲ 5,000 ਰੁਪਇਆ ਮੰਗਿਆ ਜਾਂਦਾ ਸੀ ਗੁਰਦਾਸਪੁਰ ਤੋਂ ਧਾਰੀਵਾਲ ਆਟੋ ਚਲਾਉਣ ਵਾਸਤੇ। ਜਦ ਯੂਨੀਅਨ ਦੇ ਪ੍ਰਧਾਨ ਸਰਦਾਰ ਕਸ਼ਮੀਰ ਸਿੰਘ ਜੀ ਨਾਲ ਗੱਲ ਕੀਤੀ ਗਈ ਤਾਂ ਉਹ ਕਹਿੰਦੇ ਬਾਈਟ ਵੀ ਇੱਕ ਹੈਗੀ ਜਿਹੜੀ ਮੈਂ ਤੁਹਾਨੂੰ ਦੇ ਦਾਂਗਾ, ਜਿਹਦੇ 'ਚ ਮੰਨੇਗਾ ਸਾਡਾ 5,000 ਰੁਪਇਆ ਯੂਨੀਅਨ ਫੰਡ ਆ ਜਿਹੜਾ ਅਸੀਂ ਲੈਣਾ ਵਾ, ਇਹ ਤੋਂ ਬਗੈਰ ਕੋਈ ਵੀ ਇਸ ਰੋਡ 'ਤੇ ਆਟੋ ਨਹੀਂ ਚਲਾ ਸਕਦਾ। ਫਿਰ ਮਜਬੂਰਨ ਮੈਨੂੰ ਉਹਦੀ ਕੰਪਲੇਨ ਕਰਨੀ ਪਈ ਕਿਉਂਕਿ ਮੈਂ ਅਸੀਂ ਖਬਰ ਨਹੀਂ ਸੀ ਲਾਉਣਾ ਚਾਹੁੰਦੇ ਕਿਉਂਕਿ ਉੱਥੇ ਬਹੁਤ ਜਿਹੜੇ ਹੈਗੇ ਨੇ ਆਟੋ ਚਾਲਕ ਜਿਹੜੇ ਉਹ ਗਰੀਬ ਲੋਕ ਹੈਗੇ ਨੇ, ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਕੋਈ ਵੀ ਨੁਕਸਾਨ ਹੋਵੇ, ਪਰ ਮਜਬੂਰਨ ਸਾਨੂੰ ਉਹ ਖਬਰਾਂ ਵੀ ਲਾਉਣੀਆਂ ਪਈਆਂ। ਹੈਰਾਨੀ ਦੀ ਗੱਲ ਇਹ ਆਏ ਹੋਈ ਕਿ ਜਿਹੜੇ ਇਹ ਆਟੋ ਯੂਨੀਅਨ ਦੇ ਪ੍ਰਧਾਨ ਆ ਇਹਨਾਂ ਦੀ ਸੈਟਿੰਗ ਬੜੀ ਤਗੜੀ ਆ ਕਿਉਂਕਿ ਕੰਪਲੇਨ ਤੋਂ ਬਾਅਦ ਖਬਰਾਂ ਤੋਂ ਬਾਅਦ ਅੱਜ ਵੀ ਉੱਥੇ ਬਕਾਇਦਾ ਪਰਚੀਆਂ ਕੱਟ ਕੇ ਆਟੋ ਚਲਾਏ ਜਾਂਦੇ ਨੇ ਕਿਉਂਕਿ ਇਹਨਾਂ ਦੇ ਜੇ ਕਈ ਸੁਣੀ ਗੱਲ ਕਰੀਏ ਸੁਣ 'ਚ ਇਹ ਵੀ ਆਇਆ ਵਾ ਕਿ ਇਹ ਆਪ ਕਹਿੰਦੇ ਨੇ ਕਿ ਸਾਡਾ ਹਿੱਸਾ ਉੱਤੋਂ ਤੱਕ ਜਾਂਦਾ ਵਾ। ਸੋ ਇੱਥੇ ਮੈਂ ਵੀ ਦੱਸਾਂਗਾ ਕਿ 3 ਨਾਕੇ ਪਾਸ ਕਰਕੇ ਆਉਂਦੇ ਨੇ, ਪਹਿਲੇ ਧਾਰੀਵਾਲ ਦਾ, ਫਿਰ ਸਦਰ ਗੁਰਦਾਸਪੁਰ ਦਾ ਜਿਹੜਾ ਬੱਬਰੀ ਹਾਈਟੈਕ ਨਾਕਾ ਵਾ, ਉਸ ਤੋਂ ਬਾਅਦ ਸਿਟੀ ਗੁਰਦਾਸਪੁਰ ਦੇ ਵਿੱਚ ਇਹ ਪਹਿਲੇ ਜਿਹੜਾ ਪਹਿਲੇ ਪੁਰਾਣਾ ਬੱਸ ਸਟੈਂਡ ਹੁੰਦਾ ਸੀ ਉੱਥੋਂ, ਫਿਰ ਜਿਹੜਾ ਹੁਣ ਬੱਸ ਸਟੈਂਡ ਬੰਦ ਹੋ ਗਿਆ ਇਹਨੂੰ ਵੀ ਅਸੀਂ ਪੁਰਾਣਾ ਕਹਿੰਦੇ, ਇੱਥੇ ਆਣ ਕੇ ਬਕਾਇਦਾ ਗੱਡੀਆਂ ਖਲਾਰਦੇ ਨੇ। ਤੁਸੀਂ ਆਪ ਦੇਖੋ ਕਿ ਇਹਨਾਂ ਦੀ ਕਿੰਨੀ ਤਗੜੀ ਸੈਟਿੰਗ ਆ, 3 ਨਾਕਿਆਂ 'ਤੇ ਕਦੇ ਚੈਕਿੰਗ ਨਹੀਂ ਹੋਈ, ਇੱਕ ਵੀ ਬੰਦੇ ਦੀ ਯੂਨੀਫਾਰਮ ਨਹੀਂ ਆ, ਕਿਉਂਕਿ ਅਸੀਂ ਗੱਲ ਰੂਲਾਂ ਦੀ ਕਰਾਂਗੇ। ਉਹ ਤੋਂ ਬਾਅਦ ਜਿਹੜੀ ਗੱਲ ਆਣ ਕੇ ਖਲੋਂਦੀ ਕਿੱਥੇ ਆ ਕਿ ਇਹ ਬੰਦਾ ਜਿਹੜਾ ਵਾ ਲਗਭਗ ਬਹੁਤਾ ਨਹੀਂ ਤੇ ਸਾਲ ਦਾ 8 ਲੱਖ ਰੁਪਇਆ ਇਕੱਠਾ ਕਰਦਾ ਵਾ ਇਹਨਾਂ ਆਟੋ ਵਾਲਿਆਂ ਕੋਲ। ਉਹ ਸਰ ਗੱਲ ਇੱਦਾਂ ਕਿ 5,000 ਰੁਪਇਆ ਇਹ ਪਰ ਆਟੋ ਕੋਲ ਲੈਂਦੇ ਨੇ ਜੋ ਇਹ ਕਹਿੰਦੇ ਨੇ, ਉਹ 5,000 ਦੇ ਹਿਸਾਬ ਨਾਲ ਇਹਨਾਂ ਕੋਲ ਜਿਹੜੇ ਆਟੋ ਨੇ ਉਹ 70 ਤੋਂ 100 ਨੇ ਲਗਭਗ, ਜੇ 100 ਦੀ ਗੱਲ ਕਰੀਏ ਤੇ 5 ਲੱਖ ਰੁਪਇਆ ਬਣਦਾ, 5 ਨੂੰ ਜੇ ਆਪਾਂ 100 ਨਾਲ ਗੁਣਾ ਕਰਦੇ ਹਾਂ। ਦੂਸਰਾ ਇਹ 30 ਮਤਲਬ ਹਰ ਆਟੋ ਕੋਲ 10 ਰੁਪਈਏ ਰੋਜ਼ ਲੈਂਦੇ ਨੇ ਫੇਰੇ ਦੇ, ਪਲੱਸ ਨਾਲ 20 ਰੁਪਈਏ ਸੰਡੇ ਦੇ ਲੈਂਦੇ ਨੇ, ਜਿਹਦੇ ਹਿਸਾਬ ਨਾਲ 30,000 ਰੁਪਇਆ ਪਰ ਮੰਥ ਉਹ ਇਨਕਮ ਬਣਦੀ ਹੈ। ਫਿਰ ਦੂਸਰੇ ਪਾਸੇ ਜਦੋਂ ਅਸੀਂ ਇਹਦੀ ਹੋਰ ਮਤਲਬ ਡੂੰਘਾਈ 'ਚ ਗਏ ਤਾਂ ਸਾਡੇ ਕੋਲ ਸਲਿੱਪਾਂ ਵੀ ਆਈਆਂ ਜਿਹੜਾ 200 ਰੁਪਇਆ ਮਹੀਨਾ ਇਹ ਵੱਖਰਾ ਇਕੱਠਾ ਕਰਦੇ ਨੇ, ਮਤਲਬ ਕਿ ਇੱਕ 200 ਰੁਪਇਆ ਸਲਿੱਪਾਂ ਨੇ ਜਿਹੜੀਆਂ ਇਹਨਾਂ ਦੇ ਯੂਨੀਅਨ ਦੇ ਹੀ ਕਾਫੀ ਬੰਦੇ ਜਿਹੜੇ ਦੇ ਗਏ, ਕਹਿੰਦੇ ਕਿ ਸਾਡੇ ਕੋਲ ਗੁੰਡਾ ਟੈਕਸ ਕੱਢਿਆ ਜਾਂਦਾ, ਸਾਨੂੰ ਗਾਲਾਂ ਵੀ ਕੱਢਦੇ ਨੇ, ਸਾਡੇ ਨਾਲ ਮਾਰ ਕੁਟਾਈ ਵੀ ਕਰਦੇ ਨੇ, ਤੇ ਜੇ ਅਸੀਂ ਕਿਸੇ ਅੱਗੇ ਰੋਂਦੇ ਹਾਂ ਤੇ ਜਿਹੜੇ ਇਹ ਲੋਕਲ ਪ੍ਰਸ਼ਾਸਨ ਆ ਉਹਨੂੰ ਕਹਿ ਕੇ ਸਾਡੇ ਚਲਾਨ ਵੀ ਕਟਾ ਦਿੰਦਾ ਵਾ ਜਿਹੜਾ ਇਹਨੂੰ ਪੈਸੇ ਨਹੀਂ ਦਿੰਦਾ। ਦੇਖੋ ਮਿਲੀ ਭੁਗਤਾ ਅਸੀਂ ਵੀ ਇਹੋ ਰੌਲਾ ਪਾਉਂਦੇ ਆ ਕਿ ਜੇ ਚੱਲਣੇ ਆ ਠੀਕ ਹੈ 10 ਰੁਪਏ ਪਰਚੀ ਲਓ, ਉਹ ਇਹਨਾਂ ਦਾ ਇੱਕ ਸਟੈਂਡਰਡ ਹੈਗਾ ਕਿ 10 ਰੁਪਏ ਠੀਕ ਹੈ, ਇੱਕ ਜਿਹੜਾ ਬੰਦਾ ਦਿਹਾੜੀ ਦੇ ਬਿਠਾਉਂਦੇ ਨੰਬਰ ਲਾਉਂਦਾ ਬਣਦਾ ਤੇ ਉਹ ਵੀ ਨਹੀਂ ਆ, ਚਲੋ ਲੈ ਲਓ ਕੋਈ ਪ੍ਰੋਬਲਮ ਨਹੀਂ ਕਿ ਤੁਸੀਂ ਇੱਕ ਬੜਾ ਵਧੀਆ ਇੱਕ ਸਿਸਟਮ ਰੱਖਿਆ, ਬਟ 5,000 ਕਾਹਦਾ। ਦੂਸਰਾ ਅਸੀਂ ਪ੍ਰਸ਼ਾਸਨ ਤੋਂ ਇਹ ਵੀ ਬੇਨਤੀ ਕੀਤੀ ਕਿ ਇਹਦੀ ਜਿਹੜੀ ਯੂਨੀਅਨ ਆ ਉਹਦੀ ਰਜਿਸਟ੍ਰੇਸ਼ਨ ਨੰਬਰ, ਉਹਦੇ ਜਿਹੜੇ ਜਦੋਂ ਇਹ ਰਜਿਸਟਰ ਹੋਈ ਸੀ ਉਹਦੇ 'ਚ ਕਿਹੜੇ ਕਿਹੜੇ ਮੈਂਬਰ ਸੀ ਉਹਨਾਂ ਦਾ ਮੈਮੋਰੈਂਡਮ, ਤੇ ਕਿੰਨੇ ਪੈਸੇ ਯੂਨੀਅਨ 'ਚ ਲਿਖੇ ਗਏ ਆ ਕਿ ਇਹਨਾਂ ਨੇ ਫੰਡ ਇਕੱਠੇ ਕਰਨੇ ਆ, ਤੇ ਉਹਦਾ ਆਡਿਟ, ਇਹ ਸਾਰੀਆਂ ਚੀਜ਼ਾਂ ਮੰਗੀਆਂ ਗਈਆਂ ਸੀ ਪਰ ਅਜੇ ਤੱਕ ਸਾਡੇ ਤੱਕ ਨਹੀਂ ਪਹੁੰਚੀਆਂ। ਜਿਹੜਾ ਇਹ ਰਜਿਸਟ੍ਰੇਸ਼ਨ ਨੰਬਰ ਆ ਸਾਰਾ ਜਿਹੜਾ ਸੌਰੀ ਜਿਹੜੀ ਇਹ ਪਰਚੀ ਹੈਗੀ ਆ ਇਹਦੇ ਉੱਤੇ ਜਿਹੜਾ ਲਿਖਿਆ ਗਿਆ ਵਾ ਇਹਦੇ ਉੱਤੇ ਰਜਿਸਟ੍ਰੇਸ਼ਨ ਨੰਬਰ ਕਿਤੇ ਨਹੀਂ ਲਿਖਿਆ, ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹਦੇ ਤੇ ਰਸੀਦ ਨੰਬਰ ਵੀ ਨਹੀਂ ਜਿਹੜਾ ਡਿਸਪਲੇ ਹੋਇਆ, ਨੰਬਰ ਜ਼ਰੂਰ ਪਾਇਆ ਬਟ ਪੈਨ ਦੇ ਨਾਲ ਰਸੀਦ ਨੰਬਰ ਲਿਖਿਆ ਜਾਂਦਾ। ਸੋ ਦੇਖੋ ਜੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕੀਤੀ ਸੀ ਤੇ ਕਾਪੀ ਜਿਹੜੇ ਸਾਡੇ ਮਾਨਯੋਗ ਡਿਪਟੀ ਕਮਿਸ਼ਨ ਨੂੰ ਵੀ ਕੀਤੀ ਸੀ, SSP ਸਾਹਿਬ ਨੂੰ ਵੀ ਕੀਤੀ ਸੀ ਤੇ RTO ਸਾਹਿਬ ਨੂੰ ਵੀ ਕੀਤੀ ਸੀ ਤੇ EO ਤੇ PWD ਡਿਪਾਰਟਮੈਂਟਾਂ ਨੂੰ ਵੀ ਕੀਤੀ ਸੀ, ਕਿਉਂਕਿ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਸੜਕਾਂ ਨੇ ਉਹ ਮਿਊਂਸੀਪਲ ਕਾਰਪੋਰੇਸ਼ਨ ਤੇ PWD ਦੀਆਂ ਸੀ ਜਿੱਤਾਂ ਤੇ ਇਹ ਬੈਠ ਕੇ ਟੈਕਸ ਇਕੱਠਾ ਕਰਦੇ ਨੇ। ਤੇ ਸੋ ਹੈਰਾਨੀ ਦੀ ਗੱਲ ਇਹ ਵੀ ਆ
ਅਜੇ ਤੱਕ ਇਹ ਟੈਕਸ ਬੰਦ ਨਹੀਂ ਹੋਇਆ, ਸੋ ਇੱਥੋਂ ਸਾਫ ਪਤਾ ਲੱਗਦਾ ਵਾ ਕਿ ਇਹਨਾਂ ਦੀ ਸੈਟਿੰਗ ਉੱਪਰ ਤੱਕ ਆ, ਭਾਵੇਂ ਸਰਕਾਰਾਂ ਤਾਂ ਚੇਂਜ ਹੋ ਗਈਆਂ, ਸਰਕਾਰਾਂ ਨੂੰ ਵੀ ਛੱਡੀਏ ਕਿਉਂਕਿ ਅੱਜ ਦੀ ਡੇਟ 'ਚ ਜਿਹੜਾ ਜਾਬਤਾ ਲੱਗਾ ਵਾ ਚੋਣ ਕਮਿਸ਼ਨ ਦੇ ਅੰਡਰ ਆ ਸਾਡਾ ਸਾਰਾ ਪੰਜਾਬ, ਉਹਦੀ ਵੀ ਪਰਵਾਹ ਨਹੀਂ ਆ। ਅੱਜ ਵੀ ਜਾ ਕੇ ਤੁਸੀਂ ਦੇਖੋਗੇ ਹੋਸਪਿਟਲ ਦੇ ਬਾਹਰ ਇਹਨਾਂ ਨੇ ਆਪਣਾ, ਇੱਥੇ ਬਟਾਲਾ ਰੋਡ 'ਤੇ ਜਿਹੜਾ ਡੰਗਰਾਂ ਦਾ ਹੋਸਪਿਟਲ ਉਹਦੇ ਬਾਹਰ ਬੈਠ ਕੇ ਇੱਕ ਬੈਂਚ ਲਾਇਆ ਵਾ, ਉੱਥੇ ਬੈਠ ਕੇ ਇਹ ਪਰਚੀਆਂ ਕੱਟਦੇ ਨੇ, ਅੱਜ ਵੀ ਕੱਟਦੇ ਤੁਹਾਨੂੰ ਨਜ਼ਰ ਆਉਣਗੇ। ਬਿਲਕੁਲ ਗੁੰਡਾ ਟੈਕਸ ਹੈ ਜੀ। ਬਾਕੀ ਜੇ ਕਹੀਏ ਕਿ ਹਾਂ ਵੀ ਸਰਕਾਰ ਨਾਲ ਗੱਲ ਕੀਤੀ, ਉਹਨਾਂ ਦੇ ਕੰਨਾਂ 'ਤੇ ਯੂ ਨਹੀਂ ਸਰਕਦੀ। ਮੈਨੂੰ ਕਿਹਾ ਜਾਂਦਾ ਕਿ ਗਰੀਬ ਬੰਦੇ ਆ, ਕਿੰਨਿਆਂ ਕਦੇ ਚਲਾਨ ਕੱਟੀਏ ਯਾਰ, ਜੇ ਗਰੀਬ ਨੇ ਸਾਰੇ ਹੀ ਗਰੀਬ ਨੇ, ਜਿਹੜਾ ਸਮੈਕ ਵੇਚਣ ਡਿਆ ਉਹ ਵੀ ਗਰੀਬ ਆ, ਜਿਹੜਾ ਮਰਡਰ ਕਰਦਾ ਕਿਤੇ ਭੁਲੇਖੇ ਨਾਲ ਉਹ ਵੀ ਗਰੀਬ ਆ, ਫਿਰ ਇਹਨਾਂ ਨੂੰ ਖੁੱਲ੍ਹਾ ਛੱਡ ਦਿਉ, ਕਿਉਂਕਿ ਇਹ ਗਰੀਬ ਕਿਉਂ ਨੇ, ਕਿਉਂਕਿ ਇਹ ਪੈਸੇ ਦਿੰਦੇ ਤਾਂ। ਸੋ ਮੈਂ ਇਹ ਐਲੀਗੇਸ਼ਨ ਬੜੇ ਕੌਨਫੀਡੈਂਟ ਨਾਲ ਕਰਦਾ, ਕਿਉਂਕਿ ਜਿੱਦਣ ਦੀ ਮੈਂ ਸ਼ਿਕਾਇਤ ਦਿੱਤੀ ਹੈ, ਜਿੱਦਣ ਦਾ ਅਸੀਂ ਰੌਲਾ ਪਾਇਆ, ਇਹਨਾਂ 'ਤੇ ਕੋਈ ਵੀ ਕਾਰਵਾਈ ਨਹੀਂ ਹੋਈ, ਸਿਰਫ ਚਾਰ ਚਲਾਨ ਹੋਏ ਆ, ਉਹ ਵੀ ਅੱਖਾਂ 'ਚ ਧੂੜ ਪਾਉਣ ਵਾਸਤੇ ਕਿ ਅਸੀਂ ਕਾਰਵਾਈ ਕੀਤੀ ਆ। ਧੜਾ ਧੜ ਅੱਜ ਵੀ ਤੁਸੀਂ ਵੇਖੋਗੇ ਤਾਂ ਇਹਨਾਂ ਦੀ ਕਿਸੇ ਦੀ ਯੂਨੀਫਾਰਮ ਨਹੀਂ ਹੈ, ਜਾ ਕੇ ਕਿਸੇ ਨੂੰ ਵੀ ਘਲਾਰ ਕੇ ਪੁੱਛ ਲਿਓ ਕਿ ਉਹਦੇ ਡਾਕੂਮੈਂਟ ਹੈਗੇ ਨੇ। ਸੋ ਸਾਡਾ ਗੁਰਦਾਸਪੁਰ ਦਾ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਬੜਾਵਾ ਦੇ ਰਿਹਾ। ਮੰਗ ਅਸੀਂ ਇਹੋ ਹੀ ਕਰਦੇ ਹਾਂ ਕਿ ਜਿਹੜਾ ਇੱਥੇ, ਅਸੀਂ ਇਹ ਨਹੀਂ ਕਹਿੰਦੇ ਕਿ ਆਟੋਆਂ 'ਤੇ ਕਾਰਵਾਈ ਕਰੋ, ਅਸੀਂ ਕਹਿੰਦੇ ਕਿ ਯੂਨੀਅਨ 'ਤੇ ਕਾਰਵਾਈ ਕਰੋ, ਜਿਹੜੀ ਯੂਨੀਅਨ ਇਸ ਟਾਈਮ ਗੁੰਡਾ ਟੈਕਸ ਕੱਟਣ ਦੀ, ਅਤੇ ਕਿੰਨੇ ਇਹਨੂੰ ਇੰਨਾ ਬਹੁਬਾਲੀ ਬਣਾਤਾ ਵਾ ਕਿ ਜਿਹਨੂੰ ਕਿਸੇ ਦਾ ਡਰ ਨਹੀਂ ਆ, ਜਿਹੜਾ ਅੱਜ ਦੀ ਡੇਟ 'ਚ 8 ਲੱਖ ਰੁਪਈਆ ਆਪਣੀ ਜੇਬ 'ਚ ਪਾਉਂਦਾ, ਦੱਸੇ ਕਿਹਦੀ ਮਦਦ ਕੀਤੀ ਆ। ਜਿਹਦੀ ਮਦਦ ਕੀਤੀ ਆ ਉਹ ਬੰਦੇ ਦੇ ਸਾਨੂੰ ਇੱਕ ਲਿਸਟ ਦੇ ਦੇ, ਅਸੀਂ ਉਹ ਵੀ ਵੈਰੀਫਾਈ ਕਰਾਂਗੇ ਕਿੰਨੇ ਕਿੰਨੇ ਪੈਸੇ ਦਿੱਤੇ ਆ। ਸੁਣ 'ਚ ਤਾਂ ਇਹ ਵੀ ਆਇਆ ਕਿ ਜਿਹੜੇ ਪੈਸੇ ਦਿੰਦੇ ਨੇ ਉਹ ਫਿਰ ਬੰਦਾ ਵਾਪਸ ਵੀ ਕਰਦਾ ਇਹਨਾਂ ਨੂੰ, ਅਤੇ ਉਹ ਫਿਰ ਮਦਦ ਕਾਹਦੀ ਹੋਈ।